ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜੇਕਰ ਤੁਸੀਂ ਹੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ਼ ਜੀ ਕੋਲੋਂ ਗਰੰਟੀ ਨਾਲ ਕਰਵਾਓ। ਪਿਆਰ ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 7390-9786। ਬੀਤੇ ਦਿਨ ਮਹਾਸ਼ਿਵਰਾਤਰੀ ਮੌਕੇ ਫਗਵਾੜੇ ਦੇ ਨੇੜਲੇ ਪਿੰਡ ਮਾਧੋਪੁਰ ਵਿਖੇ ਭਗਵਾਨ ਸ਼ੰਕਰ ਦੇ ਮੰਦਿਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਧਿਰਾਂ ਵਿਚਕਾਰ ਪੂਜਾ ਨੂੰ ਲੈ ਕੇ ਟਕਰਾਅ ਹੋ ਗਿਆ। ਇਸ ਸੰਬੰਧੀ ਤਰਲੋਚਨ ਸਿੰਘ ਨੇ ਦੱਸਿਆ ਹੈ ਕਿ ਉਹ ਮੰਦਿਰ 'ਚ ਹਰ ਸਾਲ ਦੀ ਤਰ੍ਹਾਂ ਪੂਜਾ ਕਰ ਰਹੇ ਸਨ ਕਿ ਦੂਜੀ ਧਿਰ ਵੱਲੋਂ ਮੰਦਿਰ 'ਚ ਆ ਕੇ ਹੰਗਾਮਾ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਉਹ ਮਹੰਤ ਹਨ ਅਤੇ ਮੰਦਿਰ ਦੀ ਜ਼ਮੀਨ ਉਹਨਾਂ ਦੇ ਨਾਂ 'ਤੇ ਰਜਿਸਟਰਡ ਹੈ, ਜਿਸ ਦੇ ਕਾਗਜ਼ਾਤ ਵੀ ਉਸਦੇ ਕੋਲ ਹਨ, ਪਰ ਮੰਗਤ ਰਾਮ ਅਤੇ ਉਸਦੇ ਸਾਥੀਆਂ ਵੱਲੋਂ ਜ਼ਬਰਦਸਤੀ ਮੰਦਿਰ ਦੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੂਜਾ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਵਿਵਾਦ ਇਹ ਹੋਇਆ ਜੀ, ਹਰ ਸਾਲ ਦੀ ਤਰ੍ਹਾਂ ਅਸੀਂ ਸ਼ਿਵਰਾਤਰੀ ਮਨਾਉਂਦੇ ਆਉਂਦੇ ਹਾਂ ਬਹੁਤ ਹੀ ਸਾਲਾਂ ਤੋਂ, ਠੀਕ ਹੈ ਜੀ। ਅੱਜ ਸ਼ਿਵਰਾਤਰੀ ਦਾ ਦਿਨ ਸੀਗਾ, ਸ਼ਿਵਰਾਤਰੀ ਮਨਾਈ ਆ, ਹਵਨ ਕਰ ਰਹੇ ਸੀਗੇ ਅਤੇ ਹਵਨ ਦੀ ਤਿਆਰੀ ਕੀਤੀ, ਹਵਨ ਚੱਲ ਰਿਹਾ ਸੀ ਸਾਡਾ ਕਰਦੇ ਸੀਗੇ ਅਤੇ ਵਿੱਚ ਹੀ ਸਾਡੇ ਬੰਦੇ ਦੂਜੇ ਪਾਰਟੀ ਹੋਰ ਬੰਦੇ ਆ ਕੇ ਸਾਡੇ ਹਵਨ ਦੇ ਵਿੱਚ ਚੱਲਦੇ 'ਚ ਪੂਜਾ 'ਚ ਵਿਘਨ ਪਾਉਣਾ ਚਾਹਿਆ। ਉਹਨੇ ਵਿਘਨ ਉਹ ਕੌਣ ਹੈ ਬੰਦੇ, ਉਹਨਾਂ ਨੂੰ ਕੀ ਇਤਰਾਜ਼ ਹੈ? ਉਹ ਇਤਰਾਜ਼ ਇਹ ਹੈ ਜੀ, ਜਿਹੜੇ ਸਾਡੇ ਮੰਗਤ ਰਾਮ ਪੁੱਤਰ ਸਖੀ ਚੰਦ, ਅਕਵਾਲ ਚੰਦ ਪੁੱਤਰ ਸਖੀ ਚੰਦ, ਠੀਕ ਹੈ ਜੀ, ਅਤੇ ਇੱਕ ਸਾਡੇ ਪਿੰਡ ਸਰਪੰਚ ਸਾਹਿਬ ਆ, ਸਰਪੰਚ ਨੇ ਦੇ ਘਰ ਵਾਲਾ ਪਲਵਿੰਦਰ ਕੌਰ ਦੇ ਘਰ ਵਾਲਾ ਕੁਲਵੰਤ ਸਿੰਘ, ਇੱਕ ਹੈਗਾ ਮੁੰਡਾ ਅਵਤਾਰ ਸਿੰਘ ਅਤੇ ਪੁੱਤਰ ਲੰਬੜਦਾਰ ਅਮਰ ਸਿੰਘ, ਅਤੇ ਇੱਕ ਸਾਡਾ ਚਾਚਾ ਹੀ ਆ ਜਸਵਿੰਦਰ ਸਿੰਘ ਅਤੇ ਹਰੀਚੰਦ ਉਹਦਾ ਡੈਡੀ ਦਾ ਨਾਂ ਆ, ਇੱਕ ਸਾਡੇ ਚਾਚੇ ਦੇ ਲੜਕੇ ਆ ਸੁਖਦੇਵ ਸਿੰਘ, ਉਹ ਮੁੱਕ ਕੇ ਲੁਧਿਆਣੇ ਰਹਿੰਦੇ ਆ, ਨਰਿੰਦਰ ਕੁਮਾਰ ਉਹਦਾ ਨਾਂ ਆ। ਉਹ ਚਾਹੁੰਦੇ ਆ ਵੀ ਇਹ ਜਿਹੜੀ ਅਸੀਂ ਮੰਦਰ ਦਾ ਮਹੰਤ ਬਣੀਏ ਅਤੇ ਮੰਦਰ ਦਾ ਮਹੰਤ ਬਣ ਕੇ ਅਸੀਂ ਇਹਨਾਂ ਤੋਂ ਜ਼ਮੀਨ ਸਾਰੀ ਹੜਪੀਏ। ਕਿੰਨੀ ਜ਼ਮੀਨ ਮੰਦਰ ਦੀ ਹੈ? ਜ਼ਮੀਨ ਤਕਰੀਬਨ ਹੈਗੀ ਆ 35 ਖੇਤ ਹੈਗੇ ਆ ਜੀ ਮੰਦਰ ਦੇ। ਅੱਛਾ, ਉਸ ਜ਼ਮੀਨ ਨੂੰ ਹੜੱਪਣਾ ਚਾਹੁੰਦੇ? ਹਾਂਜੀ, ਜਿਹੜੀ ਜ਼ਮੀਨ ਆ ਜੀ ਉਹ ਮਾਲਕੀ ਖਾਤੇ ਵਿੱਚ ਮੰਦਰ ਸ਼੍ਰੀ ਮਹਾਂਦੇਵ ਆ। ਤੁਹਾਡੇ ਕੋਲ ਕੀ ਰਿਕਾਰਡ ਹੈ, ਤੁਸੀਂ ਮੰਨਤਾ ਇੱਥੇ ਦੇ? ਮੇਰੇ ਕੋਲ ਮਹੰਤ ਦਾ ਜੀ ਆ, ਦੇਖੋ ਆ ਮੇਰੇ ਪਿਤਾ ਜੀ ਨੇ ਮੇਰੇ ਨਾਲ ਰਜਿਸਟਰਡ ਵਸੀਅਤ ਕਰਾਈ ਸੀਗੀ 2014-15 ਵਿੱਚ। ਆ ਵਸੀਅਤ ਮੇਰੇ ਕੋਲ ਆ ਅਤੇ ਵਸੀਅਤ 2014-15 'ਚ ਮੇਰੇ ਪਿਤਾ ਜੀ ਨੇ ਮੇਰੇ ਨਾਲ ਰਜਿਸਟਰਡ ਵਸੀਅਤ ਕਰਾਈ ਸੀ। ਉਹਦੇ ਵਿੱਚ ਜਿਹੜੇ ਅਗਵਾਹ ਸੀ ਉਹ ਸਾਡੇ ਮਲਕੀਤ ਸਿੰਘ ਲੰਬੜਦਾਰ, ਉਹਨਾਂ ਦੀ ਡੈਥ ਹੋ ਗਈ ਹੁਣ, ਉਹ ਸੀਗੇ ਅਤੇ ਜਿਹੜਾ ਇਹ ਸਾਡੀ ਸਰਪੰਚਨੀ ਸਾਹਿਬ ਆ। ਮਤਲਬ ਤੁਹਾਡੇ ਪਿਤਾ ਜੀ ਨੇ ਮੰਤੀ ਦੀ ਮਤਲਬ ਤੁਹਾਨੂੰ ਵਸੀਅਤ ਕੀਤੀ ਹੈ? ਹਾਂਜੀ ਮੰਤਰੀ। ਅਤੇ ਤੁਹਾਨੂੰ ਕਿਸੇ ਅਖਾੜੇ ਵੱਲੋਂ ਪੱਗ ਵਗੈਰਾ ਚੜਾਈ ਗਈ ਹੈ ਜਾਂ ਕਿਸ ਤਰ੍ਹਾਂ? ਇਹ ਮੈਨੂੰ ਜੀ ਦਸ ਨਾਮ ਸੰਨਿਆਸੀ ਗੋਸਵਾਮੀ ਗੁਸਾਈ ਮਹਾਸਭਾ ਰਜਿਸਟਰਡ ਜਲੰਧਰ ਪੰਜਾਬ ਰਜਿਸਟਰਡ 68 ਵੱਲੋਂ ਮੈਨੂੰ ਮਹੰਤ ਥਾਪਿਆ ਗਿਆ, ਜਿਹੜੀ ਕਮੇਟੀ ਸਾਡੀ ਰਜਿਸਟਰ ਬਣੀ ਆ, ਅਤੇ ਉਹ ਤੋਂ ਬਾਅਦ ਜਿੰਨੇ ਸਾਡੇ ਮਹੰਤ ਆ ਭੇਖ ਦੇ ਮਹੰਤ ਮਹੰਤਾਂ ਨੇ ਮੈਨੂੰ ਮਹੰਤ ਥਾਪਿਆ। ਉੱਧਰ ਦੂਜੀ ਧਿਰ ਵੱਲੋਂ ਮੰਗਤ ਰਾਮ ਨੇ ਕਿਹਾ ਹੈ ਕਿ ਤਰਲੋਚਨ ਸਿੰਘ ਵੱਲੋਂ ਉਹਨਾਂ ਦੀ ਪੂਜਾ ਵਿੱਚ ਰੁਕਾਵਟ ਪਾਈ ਗਈ ਹੈ। ਉਹਨਾਂ ਕਿਹਾ ਹੈ ਕਿ ਉਹ ਹਾਲੇ ਤੱਕ ਮਹੰਤ ਨਹੀਂ ਥਾਪਿਆ ਗਿਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਵਸੀਅਤ ਦੇ ਪੇਪਰ ਜੋ ਦਿਖਾਏ ਜਾ ਰਹੇ ਹਨ ਉਹ ਵੀ ਗਲਤ ਹਨ। ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ ਪੂਜਾ ਵਿੱਚ ਕੋਈ ਵੀ ਵਿਘਨ ਨਹੀਂ ਪਾਇਆ ਹੈ। ਉਹਨਾਂ ਕਿਹਾ ਹੈ ਕਿ ਇਹਨਾਂ ਦੋਵਾਂ ਵਿੱਚ ਆਪਸੀ ਝਗੜਾ ਚੱਲ ਰਿਹਾ ਹੈ ਜ਼ਮੀਨ ਨੂੰ ਲੈ ਕੇ, ਜਿਸ ਕਾਰਨ ਇਹ ਵਿਵਾਦ ਹੋਇਆ ਹੈ। ਉਹਨਾਂ ਕਿਹਾ ਹੈ ਕਿ ਵਿਰੋਧੀ ਪਾਰਟੀ ਵੱਲੋਂ ਉਹਨਾਂ 'ਤੇ ਗਲਤ ਆਰੋਪ ਲਗਾਏ ਜਾ ਰਹੇ ਹਨ। ਅਤੇ ਅੱਜ ਸ਼ਿਵਰਾਤਰੀ ਦਾ ਸ਼ੁਭ ਦਿਹਾੜਾ ਜੀ, ਅਤੇ ਅਸੀਂ ਪਹਿਲਾਂ ਹੀ ਹਵਨ ਕੀਤਾ ਅਤੇ ਅਸੀਂ ਬਾਅਦ ਵਿੱਚ ਜਾਣੀ ਕਿ ਹਵਨ ਅੰਦਰ ਨੂੰ ਗਏ ਹਵਨ ਵਾਸਤੇ, ਅਤੇ ਇਹਨੀ ਸਾਡੀ ਜਾਣੀ ਕਿ ਪੂਜਾ ਦੇ ਵਿੱਚ ਵਿਘਨ ਪਾਇਆ ਜੀ। ਤੁਸੀਂ ਪੂਜਾ ਕਰਦੇ ਪਏ ਸੀ ਕਿ ਉਹ ਪੂਜਾ ਕਰਦੇ ਪਏ ਸੀ? ਹਾਂਜੀ, ਅਸੀਂ ਕਰਦੇ ਪਏ ਸੀ, ਉਹਨੇ ਕਰ ਲਈ ਪਹਿਲਾਂ ਪੂਜਾ ਜੀ। ਅੱਛਾ, ਉਹਨੇ ਪਹਿਲਾਂ ਕਰ ਲਈ ਜੀ, ਅਤੇ ਅਸੀਂ ਪੂਜਾ ਕਰਦੇ ਪਏ ਸੀਗੇ ਅਤੇ ਉਹ ਸਾਨੂੰ ਰੋਕਦੇ ਸੀ ਵੀ ਕਹਿੰਦੀ ਤਰਲੋਚਨ, ਅਤੇ ਮੇਰੇ ਮੂਹਰੇ ਖੜਦਾ ਸੀ ਜਾ ਕੇ ਅਤੇ ਕਹਿੰਦੇ ਵੀ ਇੱਥੇ ਨਹੀਂ ਕਰਨੀ ਪੂਜਾ, ਅਤੇ ਸਾਡੀ ਪੂਜਾ ਅਸੀਂ ਕਰ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।